ਲੁਧਿਆਣਾ ਸਥਿਤ ਗੁਰੂ ਨਾਨਕ ਭਵਨ ਵਿੱਚ ਇਨੀਸ਼ੀਏਟ ਰਿਜ਼ਰਵ ਚੇਂਜ ਦੇ 3 ਸਾਲ ਪੂਰੇ ਹੋਣ ਤੇ ਸਪੀਕਿੰਗ ਮਾਈਂਡਸ ਯੂਥ ਕਨਕਲੇਵ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਨੌਜਵਾਨਾਂ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਸੰਬੰਧੀ ਜਾਗਰੂਕਤਾ ਲਈ ਵਿਚਾਰ ਰੱਖੇ ਗਏ ਅਤੇ ਨੌਜਵਾਨਾਂ ਨੂੰ ਨਸ਼ੇ ਅਤੇ ਹੋਰ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। 2 ਦਿਨਾਂ ਚੱਲਣ ਵਾਲੇ ਇਸ ਸਮਾਰੋਹ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਲਾ ਮੰਚ ਦੇ ਚੇਅਰਮੈਨ ਸੁਰਜੀਤ ਪਾਤਰ ਸਮੇਤ ਹੋਰ ਕਈ ਉੱਕੀਆਂ ਸ਼ਖਸੀਅਤਾਂ ਵੀ ਸ਼ਿਰਕਤ ਕਰਨਗੀਆਂ। ਇਸ ਮੌਕੇ ਸਾਡੇ ਚੈਨਲ ਦੀ ਟੀਮ ਨਾਲ ਗੱਲਬਾਤ ਕਰਦਿਆਂ ਪ੍ਰੋਗਰਾਮ ਦੇ ਸੰਚਾਲਕਾਂ ਅਤੇ ਨੌਜਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਾਡੇ ਪੰਜਾਬ ਦਾ ਯੂਥ ਡਰੱਗਸ ਤੋਂ ਗੇੜੀਆਂ ਤੋਂ ਇਹਦੇ ਤੋਂ ਉੱਪਰ ਉੱਠ ਕੇ ਕੁਛ ਨਵਾਂ ਸਿੱਖ ਸਕੇ। ਨਵਾਂ ਸਿੱਖਣ ਲਈ ਅਸੀਂ ਇੱਥੇ ਐਂਟਰਪ੍ਰੀਨਿਓਰਸ ਆ ਰਹੇ ਨੇ ਜਿਵੇਂ ਕਿ ਫਾਊਂਡਰ ਆਫ ਹਮ ਹੈ ਐਂਡ ਫਾਊਂਡਰ ਆਫ ਜੋਸ਼ ਟਾਕਸ। ਇਸ ਤੋਂ ਬਾਅਦ ਜੀ ਸਾਡੇ ਯੂਥ ਲੀਡਰਸ ਆਉਣਗੇ ਜਿਵੇਂ ਕਿ ਕਨਹੀਆ ਕੁਮਾਰ, ਗੁਰਮੇਹਰ ਕੌਰ, ਸ਼ੈਲਾ ਰਸ਼ੀਦ ਐਂਡ ਹੋਰ ਬਹੁਤ ਸਾਰੇ। ਅਤੇ ਸਾਡੇ ਚੀਫ ਗੈਸਟ ਕੱਲ੍ਹ ਦੇ ਹੋਣਗੇ ਨਵਜੋਤ ਸਿੰਘ ਸਿੱਧੂ ਜੀ, ਸੁਰਜੀਤ ਪਾਤਰ ਜੀ ਅਤੇ ਡਾਕਟਰ SS ਜੋਹਲ ਜੀ। ਇਸ ਤੋਂ ਇਲਾਵਾ ਸਾਡਾ ਯੂਟਿਊਬ ਦੇ ਲਈ ਐਂਟਰ ਕਰਨ ਲਈ ਵੀ ਬਣ ਰਿਹਾ ਹੈ ਪ੍ਰੋਗਰਾਮ, ਅਤੇ ਉਹਦੇ ਲਈ ਆਏ ਨੇ ਸ਼੍ਰੇਆ ਮਹਿਤਾ, ਜਸਮੀਤ ਸਿੰਘ ਅਤੇ ਸ਼ਿਵਾਂਕਿਤ। ਬਿਲਕੁਲ, ਯੂਥ ਦੀ ਐਨਰਜੀ ਜੇ ਅਸੀਂ ਚੈਨਲਾਈਜ਼ ਕਰਾਂਗੇ, ਉਹਨਾਂ ਨੂੰ ਕਿਸੇ ਨਾ ਕਿਸੇ ਚੀਜ਼ ਲਈ ਮੋਟੀਵੇਟ ਕਰਾਂਗੇ। ਅੱਛੇ ਗੈਸਟ ਆ ਰਹੇ ਆ ਜਿਨ੍ਹਾਂ ਨੇ ਲੈਕਚਰ ਦੇਣਾ ਹੈ, ਯੂਥ ਨੂੰ ਇੱਕ ਪਲੇਟਫਾਰਮ ਵੀ ਦੇਣਾ ਹੈਗਾ ਆ। ਇਸ ਤਰ੍ਹਾਂ ਦੇ ਫੰਕਸ਼ਨ ਹੋਣੇ ਹੀ ਚਾਹੀਦੇ ਆ, ਹਰੇਕ ਲਈ ਹੋਣੇ ਚਾਹੀਦੇ ਆ, ਔਰ ਯੂਥ ਨੂੰ ਸ਼ਾਇਦ ਇਸ ਤੋਂ ਬਹੁਤ ਜ਼ਿਆਦਾ ਫਾਇਦਾ ਵੀ ਮਿਲੇਗਾ। ਅੱਜ ਹਮ ਇਨੀਸ਼ੀਏਟਰਸ ਆਫ ਚੇਂਜ ਆਪਣੀ 3 ਈਅਰਸ ਐਨੀਵਰਸਰੀ ਪੂਰੀ ਕਰ ਰਹੇ ਹੈ, ਜਿਸ ਸੇ ਹਮ ਆਪਣੇ ਪੂਰੇ ਪੰਜਾਬ ਕੇ ਲਈ ਇਵੈਂਟ ਔਰਗਨਾਈਜ਼ ਕੀਏ, ਸਪੀਕਿੰਗ ਮਾਈਂਡ ਯੂਥ ਕਨਕਲੇਵ। ਇਸ ਮੇਂ 2000 ਯੰਗਸਟਰਸ ਔਰ 23 ਪਲੱਸ ਨੈਸ਼ਨਲ ਸਪੀਕਰਸ ਫਰੋਮ ਆਲ ਓਵਰ ਇੰਡੀਆ ਆਏ ਹੈ, ਜਹਾਂ ਪੇ ਵੋ ਡਿਫਰੈਂਟ ਡਿਫਰੈਂਟ ਇਸ਼ੂਜ਼ ਪੇ ਡਿਸਕਸ ਕਰੇਂਗੇ, ਜੈਸੇ ਕਿ ਰਾਈਜ਼ ਆਫ ਸਟਾਰਟਅਪ ਕਲਚਰ, ਇਸ਼ੂ ਆਫ ਅਨਇੰਪਲੋਇਡ ਗ੍ਰੈਜੂਏਟਸ ਐਂਡ ਮੈਨੀ ਮੋਰ। ਮੈਂ ਗੁਰਦੇਵ ਬਹਾਦਰ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਇੰਜੀਨੀਅਰਿੰਗ ਕੀਤੀ ਹੈ। ਮੇਰੇ 120 ਦੇ ਬੈਚ 15 ਜਸਮੀਤ ਸੀ, ਉਹਨਾਂ ਚੋਂ 8 ਕੁੜੀਆਂ ਸੀ। ਮੇਰੇ ਕਾਲਜ ਦਾ ਕ੍ਰਸ਼ ਦਾ ਨਾਮ ਵੀ ਜਸਮੀਤ ਸੀ। ਲੋਕ ਕਹਿੰਦੇ ਕਿਵੇਂ ਤੈਨੂੰ ਉਹਦੇ ਨਾਲ ਪਿਆਰ ਹੋ ਗਿਆ, ਮੈਂ ਕਿਹਾ ਰੋਲ ਨੰਬਰ ਅੱਗੇ ਜੀ ਸਕੇਲ ਲੈਣ ਲਈ ਬੜੀ ਹੋ ਗਿਆ ਪਿਆਰ। ਆਪਾਂ ਉਹ ਬੰਦੇ ਆ ਜਿਹੜੇ iPhone 7 ਰਿਲੀਜ਼ ਹੁੰਦੇ ਹੀ 6 ਫੁੱਟ ਕਰਾ ਲੈਂਦੇ। अगर आप इंजीनियर बन रहे हैं तो इंजीनियर बन के ऐसा पुल बनाइए कि कभी गिरे नहीं है, लगातार हो गया, आपने देश को सर्व कर दिया, आपका नेशनल सब आ गया, ठीक है। उसके लिए पॉलिटिक्स करने की जरूरत नहीं है, ठीक है। अगर आप आर्टिस्ट हैं तो आप घर जाके, जो मैं करता हूँ, कोई सैड आता है ऑफिस से मेरा वीडियो देख के हंस लेता है, तो मैंने ऐसा नेशन सर्व कर लिया बिकॉज मैंने एक इंडिविजुअल को सर्व कर दिया, वो खुश है।
ਕੈਮਰਾਮੈਨ ਕੇਵਲ ਮਠਾੜੂ ਦੇ ਨਾਲ ਮਮਤਾ ਦੀ ਰਿਪੋਰਟ, ਬ੍ਰੇਕਿੰਗ ਨਿਊਜ਼ ਪੰਜਾਬ।